ਹਾਂਜੀ, ਜੋ ਕਿਸਾਨ ਮਜ਼ਦੂਰ ਸੰਘਰਸ਼ ਚੱਲ ਰਿਹਾ ਹੱਕਾਂ ਦੇ ਬਾਰੇ, ਜੋ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਆ ਸਰਕਾਰ ਨੇ, ਉਹਨਾਂ ਦੇ ਰੋਸ ਵਜੋਂ ਸਾਡੇ ਵੀਰ ਸਾਰਗੜੇ ਤੋਂ ਪਹੁੰਚੇ ਆ, ਸਾਈਕਲ 'ਤੇ ਪਹੁੰਚੇ ਆ। ਸਾਈਕਲ ਤੁਸੀਂ ਵੇਖੋ, ਵੀਰ ਜੀ ਨੇ ਪੂਰਾ ਤਿਆਰੀ ਕੀਤੀ ਹੈ ਸਾਈਕਲ ਦੀ, ਅਤੇ ਬਕਾਇਦਾ ਹਾਰਨ ਵਗੈਰਾ ਵੱਜਦਾ, ਲਾਈਟਾਂ ਜਗਦੀਆਂ ਨੇ, ਸਾਰਾ ਕੁਛ LED ਲਾਈਟਾਂ ਲਾਈਆਂ ਨੇ। ਸੋ 500 ਕਿਲੋਮੀਟਰ ਸਫ਼ਰ ਮਾਰ ਕੇ ਆਏ ਨੇ ਪਿੰਡ ਸਾਰੰਗੜੇ ਤੋਂ, ਬਿਲਕੁਲੋਂ ਵਾਹਗਾ ਬਾਰਡਰ ਦੇ ਉੱਤੇ ਪੈਂਦਾ, ਪਾਕਿਸਤਾਨ ਦੀ ਸਰਹੱਦ ਦੇ ਨਾਲ ਪੈਂਦਾ। ਵੀਰ ਜੀ ਕੋਲ ਪੁੱਛਦੇ ਹਾਂ, ਇਹਨਾਂ ਦਾ ਨਾਮ ਕੀ? ਵੀਰ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਸ਼ਮਸ਼ੇਰ ਸਿੰਘ ਆ ਜੀ, ਪਿੰਡ ਸਾਰੰਗੜਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸ਼ਮਸ਼ੇਰ ਸਿੰਘ ਜੀ, ਕਿੱਦਣ ਦੇ ਤੁਰੇ ਤੁਸੀਂ? ਮੈਂ ਸ਼ੁੱਕਰਵਾਰ ਤੁਰਿਆ ਵੀਰ ਜੀ, 12ਵੇਂ ਵਾਹਿਗੁਰੂ ਜੀ। ਠੀਕ ਹੈ ਜੀ। ਮੈਂ ਲੋਕਾਂ ਨੂੰ, ਹਰ ਵੀਰ ਨੂੰ ਸੁਣਾ ਦੇਣਾ ਚਾਹੁੰਦਾ ਹੈ, ਜਦੋਂ ਆਪਣੀ ਪੈਲੀ ਨਾ ਭਜੀ, ਸਾਡੀ ਜ਼ਮੀਨ ਨਾ ਭਜੀ, ਅਸੀਂ ਰੋਟੀ ਕਿੱਥੋਂ ਖਾਵਾਂਗੇ? ਅਸੀਂ 180 ਰੁਪਏ ਆਟਾ ਕਿੱਥੋਂ ਲੈ ਕੇ ਖਾਵਾਂਗੇ? ਜੋ ਸਾਡੇ ਕੋਲ ਜ਼ਮੀਨ ਨਾ ਆਈ, ਤਾਂ ਅਸੀਂ ਮਜ਼ਦੂਰ ਕਿਸਾਨ ਹੋਊਗਾ, ਕਿਸਾਨ ਤਾਂ ਮਜ਼ਦੂਰ ਦਿਹਾੜੀ ਜਾਵਾਂਗੇ। ਜੇ ਕਿਸਾਨ ਨਾ ਬਚਿਆ, ਤਾਂ ਅਸੀਂ ਦਿਹਾੜੀ ਕਿੱਥੋਂ ਕਰਾਂਗੇ? 60-70 ਰੁਪਏ ਆਟਾ ਲੈ ਕੇ ਕਿੱਥੋਂ ਖਾਵਾਂਗੇ? ਸਾਡੀ ਜ਼ਮੀਨ ਤਾਂ ਆ ਗਈ ਆ, ਸਾਨੂੰ 200-300 ਰੁਪਏ ਦਿਹਾੜੀ ਮਿਲਦੀ, ਪਰ 200-300 ਦਿਹਾੜੀ ਸਾਡੇ ਝੱਟ ਨਹੀਂ ਲੰਘਣਾ। ਵੀਰ ਜੀ ਉਹਨਾਂ ਨੇ ਕਿਹਾ ਵਾ ਕਿ ਜਿਵੇਂ ਜੇ ਕਿਸਾਨੀ ਨਹੀਂ ਰਹੂਗੀ, ਅਤੇ ਸਮਝ ਲਓ ਕਿ ਜਿੱਦਾਂ ਦਿਹਾੜੀ ਦਾ ਪਾ ਜਿਹੜੇ ਹਿਸਾਬ ਨਾਲ ਹੁਣ ਚੱਲਦਾ, 300-350 ਆ, ਜਾਂ ਰਾਜਗਿਰੀ ਦਾ ਦਿਹਾੜੀ ਜਿਹੜੀ 500 ਰੁਪਈਆ ਵਾ, ਜੇ ਫਸਲ ਦਾ ਜਿਨਸ ਦਾ ਰੇਟ ਜਿਹੜਾ ਵਾ ਕੋਈ 900 ਰੁਪਈਆ 800 ਰੁਪਈਆ ਰਹਿ ਜੂਗਾ, ਅਤੇ ਜਿਹੜੀ ਦਿਹਾੜੀ ਉਹ ਵੀ ਜਿਹੜੀ ਆ ਉਹ ਘਟੇਗੀ, ਅਤੇ ਜਿਹੜੀਆਂ ਚੀਜ਼ਾਂ ਰੋਜ਼ਮਰਾ ਦੀਆਂ ਹੈਗੀਆਂ ਨੇ, ਆਟਾ ਵਾ ਜਿਵੇਂ, ਜਾਂ ਜੋ ਜ਼ਰੂਰਤ ਦੀਆਂ ਚੀਜ਼ਾਂ ਨੇ, ਉਹਨਾਂ ਦੀ ਕੀਮਤ ਵਧੂਗੀ। ਸੋ ਵੀਰ ਜੀ ਤੁਹਾਨੂੰ ਕਿੰਨੇ ਦਿਨ ਲੱਗੇ ਇੱਥੇ ਪਹੁੰਚਦੇ? ਮੈਨੂੰ 4 ਦਿਨ ਹੋ ਗਏ ਜੀ। ਅੱਛਾ, 4 ਦਿਨ ਹੋ ਗਿਆ, ਅਤੇ ਕੋਈ ਦਿੱਕਤ ਕੋਈ ਆਈ ਹੋਵੇ? ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ ਆ। ਪਿੰਡ ਦੇ ਵੱਲੋਂ ਸਾਗਰ ਜੀ ਨੇ ਰਾਜਵੀਰ ਭਰਾਵਾਂ ਸਾਥ ਦਿੱਤਾ ਮੇਰਾ ਸਾਰਾ, ਕਿਹਨੇ 100 ਦਿੱਤਾ, ਕਿਹਨੇ 50 ਦਿੱਤਾ, ਕਿਹਨੇ ਰੋਟੀ ਪਾਣੀ ਦਿੱਤਾ, ਕਿਹਨੇ ਟਾਇਰ ਟੂਬ ਪਾ ਦਿੱਤੇ ਆ, ਆ ਪਿੰਡ ਨੇ ਸਾਰਾ ਕੁਛ ਸਾਈਕਲ 'ਤੇ ਲਾ ਕੇ ਦਿੱਤਾ ਮੈਨੂੰ। ਹਰ ਇੱਕ ਨਗਰ ਦਾ ਭਲਾ ਚਾਹੁੰਦਾ ਵੀ ਵੱਧ ਤੋਂ ਵੱਧ ਜਿੰਨੇ ਵੀਰ ਭਰਾ ਪਹੁੰਚਣ ਦਿੱਲੀ, ਜੇ ਆਪਣੇ ਕਿਹੜੀ 100 ਗੱਲਾਂ 200 ਗੱਲਾਂ ਪਾਲੀ ਆ, ਉਹ 200 ਰੁਪਇਆ ਪਾਲੀ ਦਾ ਕਿੱਲੇ ਦਾ ਦੇਣ, 200 ਰੁਪਏ ਕਿੱਲੇ ਦਾ, ਕਿ ਜਿਹੜਾ ਮਜ਼ਦੂਰ ਕਿਸਾਨ ਇੱਥੇ ਧਰਨੇ 'ਤੇ ਪਹੁੰਚ ਅੱਗੇ, ਇਹਨੀ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ। ਹਾਂਜੀ ਵੀਰ ਜੀ ਨੇ ਜਿੱਦਾਂ ਮੈਸੇਜ ਇੱਕ ਦਿੱਤਾ ਵਾ ਕਿ ਜੇ ਮਜ਼ਦੂਰ ਭਰਾ ਜੇ ਆਉਣਾ ਚਾਹੁਣ, ਅਤੇ ਜਿਨ੍ਹਾਂ ਦੀ ਜ਼ਮੀਨ ਆ, ਜਿਨ੍ਹਾਂ ਦੀ ਪੈਲੀ ਆ, ਉਹ ਉਹਨਾਂ ਦੇ ਆਉਣ ਜਾਣ ਦਾ ਪ੍ਰਬੰਧ ਕਰਨ, ਅਤੇ ਬਹੁਤ ਲੋਕ ਨੇ ਵੀਰ ਜੀ ਵਰਗੇ ਜਿਹੜੇ ਇੱਥੇ ਪਹੁੰਚਣ ਨੂੰ ਤਿਆਰ ਨੇ। ਸੋ ਇਹ ਵੀਰ ਜੀ ਦਾ ਮੈਸੇਜ ਹੈ। ਆਪਣੀ ਜ਼ਮੀਰ ਜਾ ਕੇ ਜ਼ਮੀਰ ਦੇ ਆਏ ਹਾਂ, ਠੀਕ ਹੈ, ਕਿਉਂਕਿ ਅਸੀਂ ਗਰੀਬ ਆਦਮੀ ਆ, ਜੋ ਜੱਟਾਂ ਕੋਲ ਪਾਲੀ ਨਹੀਂ ਰਹੀ, ਸਾਨੂੰ ਗਰੀਬਾਂ ਨੂੰ ਰੋਟੀ ਕੌਣ ਦੇਊਗਾ? ਇਹ ਵੀਰ ਜੀ ਕੀ ਕਰਦੇ ਹੋ ਤਾਂ ਤੁਸੀਂ? ਮੈਂ ਦਿਹਾੜੀ ਟੱਪਾ ਕਰਦਾ, ਗਜ਼ਾ ਕਰਦਾ ਗੁਰੂ ਘਰ ਵਾਸਤੇ, ਗੁਰੂ ਘਰ ਆ ਕੇ ਇਹਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ, ਬਾਬੇ ਸਲਵ ਦਾ ਪਿੰਡ ਸਾਰੰਗੜੇ ਤੋਂ ਜੀ। ਠੀਕ ਆ ਜੀ ਵੀਰ ਜੀ, ਦਿਹਾੜੀ ਟੱਪਾ ਕਰਦੇ ਆ ਅਤੇ ਗਜ਼ਾ ਕਰਦੇ ਬਾਬਾ ਜੀ ਉਹਨਾਂ ਦੇ ਨਾਲ। ਸੋ ਧੰਨਵਾਦ ਆ ਵੀਰ ਜੀ ਦਾ, ਅਤੇ ਕਿੰਨੇ ਦਿਨ ਇੱਥੇ ਰੁਕੋਗੇ? ਮੈਂ ਜਿੰਨੇ ਦਿਨ ਪਿੰਡੋਂ ਆਪਣਾ ਸਾਥ ਨਹੀਂ, ਕੋਈ ਜਥੇਬੰਦੀ ਨਹੀਂ ਆਉਂਦੀ, ਉਹਨਾਂ ਚਿਰ ਰੁਕਾਂਗਾ ਇੱਥੇ। ਠੀਕ ਆ ਜੀ, ਲੰਮਾ ਮਿਸ਼ਨ ਆ ਵੀਰ ਦਾ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।